चला
पानी पी पानी पीने वास्ते आई है पानी भी कुछ नहीं कहते तेन अभी ठीक है चल पीला तेन भी डर लगता पे मैं नलका खेडती पी तद करके डरती पी कि मेरे सिर से पानी पैंता पाया ठंडा ठंडा जानवर उन्हें पता होंगे कि पानी ठंडा पैंता पे सिर से पानी ही पीता है तो नलका खेडना बंद कर दिता तो हम पानी पीना शुरू हो गई है काले कपड़े पाए पर सियानी है छोटी है पानी पीन लग पी है सामने है पानी नहीं पीन गई थी छोटी ठीक है आ जी मिट्टी है ना हाले के बच्चे ही है हाले की मिट्टी जी कट के ना ये लोहे का हाला है तो ये और डरने हाले छोटी हैगी है कि जो चाप शुप कर दी है ना तो डंगर से चिकड़ बन जाता तो चिक जो बना तो फिर खुश करना होंगे तो जो पहली बार चाहिए तो फिर हाले के जी आ जाती मिट्टी तो फिर डंगर अपने पाप ठीक है हाले के मैं क्ढन दी है अपने पुत्रा नहीं सुनता नुआ नहीं सुनता मैं कितनी दफा कह के मेरी मेरी भरजाई मेरे लड़ती है अच्छा। तो मेरी गल ही नहीं सुनते है चलो वो सुन ले मेरे को पता भी भरजाई है जड़ियां ने वो फिर दंदी ना अपना साथ दी गल ਤੇ ਗੱਲ ਨਹੀਂ ਸਾਧੀ ਹੈਗੇ ਤੁਸੀਂ ਕਦੀ ਮੇਰਾ ਸਾਥ ਦਿੱਤਾ ਹੈਗਾ ਨਹੀਂ ਨੂਆ ਵਾਕਿਆ ਤੇਰੀ ਸੀ ਕੋ ਨੂਆ ਜਿਹੜੀ ਨੂਆ ਹੀ ਹੁੰਦੀ ਤੀ ਤੀ ਜਾਂਦੀ ਮਾਂ ਹੁੰਦੀ ਸੀ ਤੇ ਅੱਜ ਇਹੋ ਜਿਹੀ ਗੱਲਾਂ ਦੇ ਨਾ ਭਰਜਾਈਆਂ ਕੋਲ ਸੁਣਨੀ ਹੈ ਪੈਂਦੀ ਹੈ ਬਸ ਠੀਕ ਹੈ ਨੂੰ ਜਿਹੜੀ ਭਰਜਾਈਆਂ ਉਹ ਮਲੇ ਇੱਕ ਕੁੱਤੇ ਦਾ ਬਾਹਰ ਜਾਂ ਮਰ ਗੱਲ ਦੱਸੋ ਹਾਂ ਸਾਰਾ ਦਿਨ ਤੁਸੀਂ ਤੀਆਂ ਕੋਲ ਕੰਮ ਕਰਾਉਂਦੇ ਜੇ ਹੈ ਤੇ ਇੱਕ ਪੈਰਾਂ ਦੀ ਜੁੱਤੀ ਨਹੀਂ ਭਰਾ ਲੈ ਕੇ ਦੇ ਸਕਦੇ ਨਾ ਭਰਜਾਈ ਭਰਜਾਈ ਦੀ ਜੁੱਤੀ ਪਾਈ ਤੇ ਪਹਿਲਾਂ ਮੈਨੂੰ ਗੱਲਾਂ ਕਰਕੇ ਸੁਣਾਉਣ ਲੱਗ ਪਈ ਹੈ ਬਸ ਬਸ ਗੱਲਾਂ ਕੀ जुत्ती कितों ला के देनी मां मेरी सत्ते होंगी तो इतनी गलत ना सुनिया पैदा तो फिर वो काम भी ना करा जुत्ती ला अज ला देना सारा दिन गोया कूड़ा करनी सारा कुछ करनी है तुम यह नहीं कभी क्या कि धीए बह या सुकून कर ला चाहे दो मिनट मुड़के गल करके सुनानी है कम है ਬਾਂਦੀਆਂ
ਆਵਾਨੀ ਚੋਕਾ ਉਠੇ ਨੂੰ ਪੁਰੇ ਜੋ ਕਿ ਨਾਲ ਲਾ ਚੋਕਾ ਇਧਰ ਬੰਨੇ ਛੋੜ ਦੇ ਛੋੜ ਦੇ ਚਾ ਲੋਰਾ ਚਲੋ ਕੱਢ ਲੈ ਜਾ ਚਲੋ ਕਹਿੰਦੇ ਜੀ ਉੱਤੇ ਸਾਰੇ ਛਿਲਕੇ ਤੇ ਛੋੜ ਦਿੱਤੇ ਤੁਸੀਂ ਹੈਂ ਕੀ ਕਹਿੰਦਾ ਕਰਦੇ ਕਰਦੇ ਦਿਨ ਗੁਜ਼ਰ ਜਾਂਦਾ ਅਤੇ ਨਾਲ ਕੋਈ ਸਾਥ ਵੀ ਨਹੀਂ ਦਿੰਦਾ ਨਾ ਭੈਣ ਨਾ ਭਰਾ ਠੀਕ ਹੈ ਨਾ ਭਰਜਾਈਆਂ ਸਾਰੀ ਦਿਹਾੜੀ ਕੰਮ ਕਰਦੇ ਰਹੋ ਇਹਨਾਂ ਦੇ ਫਿਰ ਪੁੱਛ ਰਹੇ ਨੇ ਕਿਉਂ ਨਹੀਂ ਗਿਆ ਜੀ ਮੈਨੂੰ ਸਾਥ ਸੀਗਾ ਸਾਰਾ ਦਿਨ ਕੁੜੀਆਂ ਕੰਮ ਕਰਨ ਲੱਗੀਆਂ ਹੋਈਆਂ ਚਲੋ ਉਹਨਾਂ ਨੂੰ ਸਾਥ ਲੈਣ ਦੀ ਪਾਣੀ ਨੀ ਵਾ ਚੱਲ ਮੈਂ ਪਾਣੀ ਪਾ ਭਰਜਾਈਆਂ ਵੀ ਗੱਲਾਂ ਕਰਦੀ ਜੁੱਤੀ ਪਾ ਲਈ ਮੈਂ ਤੇ ਉਤਰੀ ਤੂੰ ਮੇਰੀ ਪਾ ਲਾ ਹਾਂ ਜੁੱਤੀ ਮੈਂ ਕਿਹੜੀ ਗੱਲ ਹੈ ਛੋਟੀ ਭੈਣ ਨੇ ਪਾ ਹੀ ਲਈ ਜੁੱਤੀ ਤੇ ਕਿਹੜੀ ਗੱਲ ਹੈ ਭਰਜਾਈਆਂ ਵੇਖੋ ਇਹੋ ਜਿਹੀ ਹੁੰਦੀਆਂ ਨੇ ਭਰਜਾਈਆਂ ਤੂੰ ਜੁੱਤੀ ਮੇਰੀ ਦੇ ਦੇ ਨਾ ਮੈਨੂੰ ਲਾ ਕੇ ਤੇ ਭਰਜਾਈਆਂ ਫਿਰ ਭਰਜਾਈਆਂ ਦਾ ਅਸਲ ਰੂਪ ਵੇਖ ਲਾ ਦੇ ਜੁੱਤੀ ਮੇਰੀ ਨਹੀਂ ਜੁੱਤੀ ਤੇਰੇ ਕੰਨ ਤੇ ਲੱਗਦੇ ਆ ਉਹ ਮੇਰੀ ਪਾ ਲਾ ਹਾਂ ਜੁੱਤੀ ਕਿਹੜੀ ਗੱਲ ਹੈਗੀ ਇਹ ਮੈਂ ਕਿ ਤੇਰੀ ਪਾਵਾਂ ਟੁੱਟੀ ਜੁੱਤੀ ਤੇਰੀ ਨਹੀਂ ਟੁੱਟੀ ਜੁੱਤੀ ਹੈਗੀ ਨਹੀਂ ਨਹੀਂ ਜਾਂਦੀ ਤੇਰੇ ਤੋਂ
नंगे पैर काम करेंगे ना तेन पता लगेगा गल जुत्ती फट दी नाले गल ਜਾ ਤੂੰ ਕੰਮ ਕਰ ਹਾਂ ਆ ਜਾਂਦਾ ਨਾ ਭਰਾ ਮੇਰਾ ਦੱਸ ਨਹੀਂ ਮੈਂ ਆਹੋ ਵੇਖੀ ਭਰਾ ਤੇਰਾ ਮੈਂ ਕਿਹਾ ਵੇਖੀ ਹਾਰ ਪਾਉ ਤੇਰੀ ਗੱਲ ਤੂੰ ਪਾਲਾ ਮੈਂ ਤਾਂ ਆਪਣੇ ਬੁੱਢੇ ਨਾਲ ਗੱਲ ਕਰਨੀ ਨਾ ਦੋ ਗੱਲ ਆ ਮੈਨੂੰ ਕਿਸੇ ਦਾ ਡਰ ਨਹੀਂ ਹਾਂ ਠੀਕ ਹੈ ਤੂੰ ਸਾਰਾ ਦਿਨ ਮੈਂ ਕੰਮ ਕਰਨੀ ਹੈ ਤੇ ਤੁਸੀਂ ਕਦੀ ਗਿਆ ਹੈ ਕਿ ਧੀਏ ਬਹਿ ਜਾ ਕੰਮ ਨਾ ਕਰ ਅੱਜ ਭਰਜਾਈਆਂ ਵੀ ਇੰਨੀਆਂ ਗੱਲਾਂ ਕਰਦੀਆਂ ਨੇ ਤੁਸੀਂ ਵੀ ਗੱਲਾਂ ਕਰਕੇ ਸੁਣਾ ਲਏ ਜੀ ਵੀ ਭਰਜਾਈਆਂ ਨੂੰ ਦੱਸ ਦਿਓ ਮੇਰਾ ਮੈਂ ਮਿਲਕੀ ਵੀ ਗੱਲ ਅੱਜ ਮੇਰੀ ਭਰਜਾਈ ਨੇ ਗੱਲ ਕੀਤੀ ਨਾ ਬਾਅਦ ਜੋ ਨਾ ਗੱਲ ਕਰੇ ਮੈਂ ਬਹੁਤ ਲੜਨਾ ਹੈਗਾ ਲੜਨਾ ਨਹੀਂ ਲੜਨ ਲੜਾਈ ਨਹੀਂ ਮੈਂ ਹੁਣ ਕੰਮ ਕਰਨ ਲੱਗੀ ਹਾਂ ਤੇ ਹੁਣ ਮਨਾ ਕਰ ਦੇਣਾ ਨਹੀਂ ਤੇ ਮੈਂ ਫੜ ਕੇ ਗੁੱਤ ਮੋਡਣ ਦੇ ਨਹੀਂ ਚੱਲ ਠੀਕ ਹੈ ਤੂੰ ਕਰ ਕੰਮ ਹੁੰਦੀ ਔਰ ਗੱਲ ਹੁੰਦੀ ਪੈਰੋਂ ਨੰਗੇ ਘਰ ਛੜਿਆ ਪਾਣੀ ਅਲਕੀ ਕਰਦਾ ਮੈਂ ਉਹ ਹੋਰ ਨਾ ਪਾਣੀ ਹਾਂ ਚੱਲ ਚੱਲ